ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਤੇ ਲਾਓ ਮੂਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਡਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਆਪਣੇ ਕੋਲ ਦੋ ਝੋਟੀਆਂਆਂ ਸੀਗੀਆਂ 18 ਤਰੀਕ ਦੀ ਰਾਤ ਨੂੰ ਪਹਿਲੇ ਪਹਿਲੇ ਸੂਏ ਇੱਕ ਛੋਟੀ ਸੇਲ ਹੋ ਗਈ ਸੀ ਇੱਕ ਇਹ ਦੂਜੀ ਪਹਿਲੇ ਸੂਏ ਝੋਟੀ ਆ ਦੋ ਦੰਦਾਂ ਦੀ ਦੂਜੀ ਝੋਟੀ 6 ਦੰਦ ਸੀਗੀ ਉਹ ਵੀ ਪਹਿਲੇ ਸੂਏ ਸੀਗੀ ਪੂਰਾ ਖੁੱਲਾ ਕਰਦਾ 10 11 ਦਿਨਾਂ ਦੇ ਲਗਭਗ ਸੂਈ ਵੀ ਆ ਕੋਈ ਅੰਡਰ ਚ ਕਾਣ ਵੀ ਨਹੀਂ ਸਾਫ ਅਡਰ ਬਿਲਕੁਲ ਨਰਮ ਚਵਾਈ ਆ ਅਡਰ ਪਿੱਛੇ ਨੂੰ ਵੀ ਖੁੱਲਾ ਜਾਂਦਾ ਮੂਹਰ ਨੂੰ ਵੀ ਵਧੀਆ ਕੱਢ ਰੇ ਕੱਢਦੀ ਆ ਅਡਰ ਤੁਸੀਂ ਥਣ ਲੇਵਾ ਵੀ ਦੇਖ ਸਕਦੇ ਹੋ ਇਹ ਸਫਰਜੌਂਦੀ ਦਾ 11 ਕਿਲੋ ਦੁੱਧ ਦਾ ਕੰਡੇ ਵਾਲਾ ਤਿਆਰ ਆਗਾ ਮੰਗਰੇ ਦੇ ਕੱਟਾਗਾ ਬਿਲਕੁਲ ਜੈਡ ਬਲੈਕਾ ਪਿਓਰ ਮੁਰਾ ਕਿਤੇ ਕੋਈ ਵਾਲ ਚਿੱਟਾ ਨਹੀਂ ਹੈਗਾ ਛੋਟਾ ਸਿੰਗ ਆ ਕੱਦ ਵੀ ਪੂਰਾ ਵਧੀਆ ਝੋਟੀ ਦਾ ਉਮੀਦ ਹੈਗੀ ਆ ਵੀ 15 ਕਿਲੋ ਦੁੱਧ ਦੇ ਲਗਭਗ ਉਮੀਦ ਹੈਗੀ ਆ ਵੀ ਕੱਢੂਗੀ ਖੁੱਲੀ ਚਾਰੂ ਆਗੀ 12 ਕਿਲੋ ਦੁੱਧ ਆਪਾਂ ਤੋਲ ਕੇ ਲੈਂਦੇ ਹੁਣ ਸਫਰਜੌਂਦੀ ਦੇ ਕਿਲੋ ਢੜ ਕਿਲੋ ਦੁੱਧ ਦਾ ਥੋੜਾ ਫਰਕ ਪੈ ਗਿਆ ਪਰ ਹੁਣ ਵੀ ਦੋਨੇ ਟਾਂ ਸਫਰ ਚੋਂ ਦੀਦਾ 11 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਆਪਣਾ ਬਾਕੀ ਜਦੋਂ ਪੂਰੇ ਦੋਤੀ ਅਗੇ ਦੀ ਪੂਰੀ ਚਵਾਈ ਦੀ ਵੀਡੀਓ ਵੀ ਪਾਵਾਂਗੇ ਦੰਦ ਵੀ ਇਹਦੇ ਆਪਾਂ ਪਟਕੇ ਦਿਖਾਵਾਂਗੇ ਦੋ ਦੰਦ ਆਗੀ ਬਿਲਕੁਲ ਜੈਡ ਬਲੈਕ ਆ ਪਿਓਰ ਮੁਰਾ ਜਮਾ ਪੂਰੀ ਬਰੀਕੀ ਆ ਝੋਟੀਆਂ ਨਸਾਂ ਵੀ ਉੱਪਰ ਗਏ ਚਮੜੀ ਦੇ ਉੱਤੇ ਬਾਹਰ ਆ ਰਹੀਆਂ ਨੇ ਸਕਰੀਨ ਤੇ ਸ਼ਾਇਦ ਕੱਟ ਦਿਨੀਆਂ ਥੋੜੀਆਂ ਹੀ ਆ ਬਾਕੀ ਜਿਸ ਕਿਸੇ ਵੀਰ ਨੇ ਲੈਣੀ 1,20,000 ਰੁਪਿਆ ਰੇਟ ਦਾ ਲੈਣ ਦੇਣਾ ਉੱਲੀ ਜਾਰੂ ਆਰਡਰ ਇਹਦਾ ਪਿੱਛੇ ਨੂੰ ਵੀ ਜਾਂਦਾ ਮੂਹਰ ਨੂੰ ਵੀ ਜਾਂਦਾ 1,20,000 ਰੁਪਇਆ ਲੈਣ ਦੇਣ ਰੇਟ ਆ ਇਹਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਪੂਰਾ ਖੁੱਲਾ ਕਰਦਾ ਛੋਟਾ ਸਿੰਗਾ ਬਿਲਕੁਲ ਦੰਦ ਵੀ ਇਹਦੇ ਪੱਟ ਕੇ ਦਿਖਾਵੇਂ ਮੰਗਰੇ ਦੇ ਕੱਟਾਗਾ ਬਾਕੀ ਤੁਹਾਨੂੰ ਪਤਾ ਜਿਹੜੀ ਆਮ ਝੋਟੀਆਂ ਜਾਈ ਢਾਈ ਇੱਕ ਸਾਲ ਦੀ ਝੋਟੀ ਆ ਗਈ ਇਹ ਨਾ ਆਮ ਝੋਟੀਆਂ ਆਪਣੀਆਂ ਇਹਦੇ ਨੇ ਅਜੇ ਇੱਕ ਟ੍ਰੂ ਵੀ ਨਹੀਂ ਰਹੀਆਂ 10-12 ਦਿਨ ਪਹਿਲਾਂ ਝੋਟੀ ਕੱਟੋ ਕੱਟ ਜਿਹੜੀ ਕੱਚੀ ਝੋਟੀ ਦਾ ਮਹੀਨੇ ਚ ਦੁੱਧ ਪੂਰਾ ਕਰਦੀ ਹੈ ਮਹੀਨਾ 40 ਦਿਨ ਲੈ ਜਾਂਦੀ ਆ ਉਮੀਦ ਹੈਗੀ ਹੈ ਵੀ 15 ਕਿਲੋ ਦੁੱਧ ਤੇ ਜਾਊਗੀ ਪੂਰਾ ਖੁੱਲਾ ਕਰਦਾ ਇਹਦੇ ਆਪਾਂ ਦੰਦ ਵੀ ਤੁਹਾਨੂੰ ਪੱਟ ਕੇ ਦਿਖਾਵਾਂਗੇ ਇਹ ਦੇਖੋ ਗਾਲਾ ਕਰਦੀ ਇਹ ਆਪਾਂ ਦੰਦ ਵੀ ਥੋੜੀ ਜਿਹੀ ਵੀਡੀਓ ਬਣਾਈ ਸੀਗੀ ਦੋ ਦੰਦ ਆ ਤੁਹਾਨੂੰ ਸਕਰੀਨ ਤੇ ਦਿਖ ਰਹੀ ਆ ਦੋ ਦੰਦ ਆ ਜਿਸ ਕਿਸੇ ਵੀਰ ਨੇ ਦੇਖਣੇ ਉਹ ਦੰਦ ਪੱਟ ਕੇ ਵੀ ਦੇਖ ਸਕਦਾ ਹੈਗਾ 1,20,000 ਰੁਪਏ ਰੇਟ ਆ ਇਹ ਦੇਖੋ ਸਕਰੀਨ ਤੇ ਤੁਹਾਨੂੰ ਦਿਖ ਰਹੇ ਨੇ ਦੰਦ ਦੁੱਗੀ ਝੋਟੀ ਆ ਹਜੇ 2.5 ਸਾਲ ਦੀ ਉਮਰ ਆ ਬਾਕੀ ਦੋ ਦੋਤੇ ਤਿਆਰ ਹੋ ਗਈ ਪੂਰੀ ਵੀਡੀਓ